ਸਾਰਿਆਂ ਨੂੰ ਇੱਕ ਪੜਾਉ। ਆਹੋ ਪੜਾਉ ਨਾ ਕਿਸੇ ਨੂੰ ਸਹੀ ਨਾ ਬਣਾ। ਲਓ ਜੀ ਮਾਤਾ ਨਾਲ ਜਿਹਦੀ ਭੈਣੀ ਆ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਮੈਂ ਹੂੰ ਸੈਯਦ ਅਲੀ ਮੁਸਤਹਸਨ ਔਰ ਆਪ ਮੁਝੇ ਦੇਖ ਰਹੇ ਹੈ ਮਦੀਨਾ ਸੈਯਦਾਂ ਪਿਜਨਸ ਕੇ ਪਲੈਟਫਾਰਮ ਸੇ। ਜੀ ਵਿਵਰਸ ਜੀ ਲਗਾਏ ਜੀ ਮਾਸ਼ਾਅੱਲਾ। ਯੇ ਸਟੈਂਪ ਲੱਗ ਰਹੀ ਜੀ ਕਾਮਰਾਨ ਕੇ ਕਬੂਤਰੋਂ। ਹਮ ਆਜ ਮੌਜੂਦ ਹੈ ਜੀ ਸੈਯਦ ਕਾਮਰਾਨ ਸ਼ਾਹ ਸਾਹਿਬ ਫਰੋਮ ਇਟਲੀ ਉਨਕੀ ਛੱਤ ਸੇ। 33ਵਾਂ ਸਾਲਾਨਾ ਤੌਸੀਫ ਸ਼ਾਹ ਐਂਡ ਕਾਜ਼ਮ ਸ਼ਾਹ ਮੈਮੋਰੀਅਲ ਪਿਜਨ ਟੂਰਨਾਮੈਂਟ ਮਦੀਨਾ ਸੈਯਦਾਂ ਗੁਜਰਾਤ। ਉਸਮੇ ਜੀ ਇਹ ਛੱਤ ਜੋ ਹੈ ਉਹ ਉੜ ਰਹੀ ਹੈ ਔਰ ਇਨਸ਼ਾਅੱਲਾ ਤਾਲਾ ਬੜਾ ਅੱਛਾ ਕਾਰਕਰਦਗੀ ਦਿਖਾਏਗੀ ਜੀ। ਇਹ ਸਟੈਂਪਸ ਲੱਗ ਰਹੀ ਹੈ ਬੰਦ ਕਰਕੇ ਖੋਲੋ। ਮਾਸ਼ਾਅੱਲਾ ਬੜੇ ਕਮਾਲ ਦੇ ਬੂਟੇ ਨੇ ਜੀ। ਜੀ ਸਾਥ ਸਾਥ ਆਪਕੋ ਬਤਾਤੇ ਚਲੇ ਕਿ ਇਹ ਛੱਤ ਸਾਬਕਾ ਅਸੂਜ ਮੇਂ ਸੈਕਿੰਡ ਨੰਬਰ ਪੇ ਆਈ ਹੈ। ਬਹੁਤ ਅੱਛੀ ਕਾਰਕਰਦਗੀ ਦਿਖਾਈ ਜੀ ਇਸ ਛੱਤ ਨੇ। ਸ਼ਾਹ ਸਾਹਿਬ ਕੇ ਬੜੇ ਅੱਛੇ ਕਬੂਤਰ ਹੈ ਜੀ। ਮੋਹਸਨ ਸ਼ਾਹ ਸਾਹਿਬ ਇਸ ਵਕਤ ਸਟੈਂਪਸ ਲਗਾ ਰਹੇ ਹੈ ਜੀ। ਇਟਲੀ ਸੇ ਆਏ ਹੈ ਸਪੈਸ਼ਲ ਯਹਾਂ ਪੇ ਸਟੈਂਪੇ ਲਗਾਨੇ ਕੇ ਲੀਏ ਹੈ ਜੀ। ਕਿਆ ਬਾਤ ਹੈ ਜੀ। ਕੌਣ ਸਾ ਆਪਕਾ ਬੈਸਟ ਇਸਮੇ ਹੈ ਜੀ ਪਰਿੰਦਾ? ਸਾਰੇ ਬੈਸਟ। ਕੌਣ ਸਾ ਹੈ ਇਹ ਜੀ ਬੈਸਟ ਇਨਕਾ ਅੱਜ ਅੱਛੀ ਪਰਫਾਰਮੈਂਸ ਦੇਗਾ ਇਹ ਅੱਛਾ ਵਾਲਾ ਇਹ ਵਾਲਾ ਕਬੂਤਰ ਜੀ ਹੋਣ ਗਿਆ ਪੂਰੇ ਜਾ ਗੁੱਡ ਹੋ ਗਿਆ। ਬਿਸਮਿਲ੍ਲਾ ਕਰੋ ਉਹਨੇ ਕੇ ਚਲੇ ਟਾਈਮ ਬੰਦੇ ਨੇ ਪਿੰਜਰੇ ਵੀ ਆਪਕੋ ਦਿਖਾਤਾ ਹੈ ਜੀ ਇਹ ਜਾਵਾ ਕਬੂਤਰ ਉਡਾਣੇ ਕਾ ਮੰਜ਼ਰ ਜੀ। ਸੈਯਦ ਅਲੀ ਮੁਰਤਜ਼ਾ ਵਾਲੇਕੁਮ ਅਸਲਾਮ। ਜੀ ਜੀ ਲੇਤੇ ਜੀ ਲੇਤੇ ਜੀ ਵਿਵਰਸ 33ਵਾਂ ਸਾਲਾਨਾ ਤੌਸੀਫ ਸ਼ਾਹ ਐਂਡ ਕਾਜ਼ਮ ਸ਼ਾਹ ਮੈਮੋਰੀਅਲ ਪਿਜਨ ਟੂਰਨਾਮੈਂਟ ਮੇਂ ਜੀ ਆਪਕੋ ਅਬ ਦਿਖਾ ਰਹੇ ਹੈ ਜੀ ਸੈਯਦ ਤਨਸੀਰ ਸ਼ਾਹ ਸਾਹਿਬ ਕੇ ਕਬੂਤਰ। ਯੇ ਉਨਕਾ ਸਾਹਮਣੇ ਛੱਤ ਹੈ। ਔਰ ਇਹ ਇਨਕੇ ਕਬੂਤਰ ਸਾਹਮਣੇ ਉੜ ਰਹੇ ਜੀ। ਜੀ ਠੀਕ ਹੋ ਗਿਆ। ਇਹ ਕਬੂਤਰ ਹੈ ਜੀ ਇਹ ਉੜ ਰਹੇ ਹੈ ਤਨਸੀਰ ਸ਼ਾਹ ਸਾਹਿਬ ਕੇ ਔਰ ਇਸਕੇ ਸਾਥ ਹੀ ਇਹ ਟਾਵਰ ਕੇ ਸਾਥ ਹਸਨ ਸ਼ਾਹ ਸਾਹਿਬ ਕੀ ਤੈਅ ਜੀ ਸੈਯਦ ਹਸਨ ਅਸਕਰੀ ਔਰ ਇਹ ਟਾਵਰ ਕੇ ਪਾਸ ਇਹ ਉਨਕੇ ਕਬੂਤਰ ਉੜ ਰਹੇ ਇਹ ਕਬੂਤਰ ਆਪਕੋ ਨਜ਼ਰ ਆ ਰਹੇ ਹੋਂਗੇ ਇਹ ਸੈਯਦ ਹਸਨ ਅਸਕਰੀ ਸ਼ਾਹ ਸਾਹਿਬ ਕੇ ਕਬੂਤਰ ਜੀ।
ਉਹ ਆਸਫ ਆਸਫ ਦੇ ਸਾਡੇ ਵੀ ਹੱਥ ਦਿਸਦੇ ਜੀ ਵਿਊਵਰਸ ਜੈਸਾ ਕਿ ਪਹਿਲੇ ਮੈਂ ਬਤਾ ਚੁੱਕਾ ਹਾਂ ਕਿ ਅੱਜ ਹਮ ਮੌਜੂਦ ਹੈ ਸੈਦ ਕਾਮਰਾਨ ਸ਼ਾਹ ਸਾਹਿਬ ਫਰੋਮ ਇਟਲੀ ਉਨਕੀ ਛੱਤ ਤੇ ਔਰ ਇਹ ਛੱਤ ਇਸੇ ਪਹਿਲੇ ਅਸੂਜ ਮੇ ਸੈਕਿੰਡ ਨੰਬਰ ਪੇ ਆਈ ਹੋਈ ਹੈ ਜੀ ਇਹ ਛੱਤ ਆਪਕੋ ਥੋੜ੍ਹਾ ਸਾ ਛੱਤ ਕਾ ਥੋੜ੍ਹਾ ਸਾ ਦਿਖਾਤੇ ਹੈ ਜੀ ਮੰਜ਼ਰ ਔਰ ਸਾਥ ਸਾਥ ਸ਼ਾਹ ਸਾਹਿਬ ਸੇ ਛੋਟਾ ਸਾ ਇੰਟਰਵਿਊ ਲੇਤੇ ਹੈ ਠੀਕ ਹੈ ਜੀ ਔਰ ਬਤਾਤੇ ਹੈ ਯਹਾਂ ਪਰ ਕੌਨ ਕੌਨ ਮੌਜੂਦ ਹੈ ਬਹੁਤ ਪਿਆਰਾ ਬਹੁਤ ਖੂਬਸੂਰਤ ਸੈਟਅਪ ਬਣਾਇਆ ਹੋਇਆ ਜੀ ਮਾਸ਼ਾਅੱਲਾ ਕਿਆ ਬਾਤ ਹੈ ਕਿਆ ਬਾਤ ਹੈ ਕਾਮਰਾਨ ਭਾਈ ਬੜੇ ਫਿਟ ਪਾਰ ਮਾਰ ਰਹੇ ਕੁੰਡਾ ਬੜਾ ਅੱਛਾ ਚਲਾ ਰਹੇ ਅੱਜ ਆਪਸ ਬੜਾ ਆਈਡੀਅਲ ਸੈਟਅਪ ਬਣਾਇਆ ਹੋਇਆ ਜੀ ਇਹਨਾਂ ਨੇ ਸਗੀਰ ਹੁਸੈਨ ਭਾਈ ਚਲੋ ਕੱਟੋ ਨਾ ਉਹਨੂੰ ਸੱਟਣ ਦਿਓ ਸਾਡਾ ਖੇਲਣ ਦਿਓ ਤੇ ਠੀਕ ਹੈ ਨਾ ਬਾਹਰ ਡਿੱਗੇ ਨੀ ਤੇ ਕੱਟਾਂ ਦੇ ਜੀ ਇਹ ਹੈ ਸੈਦ ਕਾਮਰਾਨ ਸ਼ਾਹ ਸਾਹਿਬ ਅਸਲਾਮ ਵਾਲੇਕੁਮ ਸ਼ਾਹ ਜੀ ਕੀ ਹਾਲ ਹੈ ਜੀ ਵਾਲੇਕੁਮ ਸਲਾਮ ਅੱਲਾਹ ਦਾ ਸ਼ੁਕਰ ਆਪ ਸੁਣਾਈ ਜੀ ਅਲਹਮਦੁਲਿਲਾ ਜੀ ਸ਼ਾਹ ਸਾਹਿਬ ਕਬੂਤਰ ਉੜ ਗਏ ਔਰ ਮਾਸ਼ਾਅੱਲਾ ਉੱਪਰ ਆਸਮਾਨ ਮੇਂ ਇਸ ਵਕਤ ਉਹ ਬੰਦ ਹੋ ਗਏ ਹਮਾਰੇ ਤਨਸੀਬ ਸੇ ਸਾਹਿਬ ਅਭੀ ਜਾਏਗਾ ਆਹਿਸਤਾ ਆਹਿਸਤਾ ਨਾ ਅੱਛਾ ਇਸਕੀ ਰੋਜ਼ ਕੀ ਯਹੀ ਰੂਟੀਨ ਹੈ ਕਿਆ ਬਾਤ ਡੇਲੀ ਰੂਟੀਨ ਇਸਕੀ ਅੱਛਾ ਇਹ ਵਾਲਾ ਕਬੂਤਰ ਜੀ ਵਾਹ ਇਹ ਬਸ ਇਸੇ ਤਰ੍ਹਾਂ ਉਹ ਮੈਂ ਕਿਹਾ ਆਹਿਸਤਾ ਆਹਿਸਤਾ ਸਟਾਰਟ ਹੋ ਜਾਏਗਾ ਬਾਜ਼ੀਆਂ ਵੀ ਮਾਰਤਾ ਹੈ ਜੀ ਤਾਰਕ ਵੀ ਆਇਆ ਜੀ ਨਹੀਂ ਰੋਜ਼ ਦੀ ਰੂਟੀਨ ਹੈ ਰੋਜ਼ ਦੀ ਆ ਸਕਦੀ ਬਸ ਇੱਥੋਂ ਐਸ ਚੱਕਰ ਲਾ ਕੇ ਤੇ ਫਿਰ ਵਾਪਸ ਜੀ ਹਮਾਰੇ ਸਾਥ ਯਹਾਂ ਪਰ ਮੌਜੂਦ ਹੈ ਸੈਦ ਸ਼ਹਿਜ਼ਾਦ ਸ਼ਾਹ ਸਾਹਿਬ ਗੁੱਡੂ ਭਾਈ ਅਸਲਾਮ ਵਾਲੇਕੁਮ ਕਿਆ ਹਾਲ ਹੈ ਆਪਕਾ ਠੀਕ ਠਾਕ ਹੈ ਠੀਕ ਅਲੀ ਭਾਈ ਕਿਆ ਹਾਲ ਹੈ ਜੀ ਅਲਹਮਦੁਲਿਲਾ ਫਸਟ ਕਲਾਸ ਜ਼ਬਰਦਸਤ ਔਰ ਜੀ ਇਹ ਕਬੂਤਰ ਨਿਕਾਲ ਰਹੇ ਜੀ ਔਰ ਇਸ ਛੱਤ ਪੇ ਹਮਾਰੇ ਸਾਥ ਮੌਜੂਦ ਹੈ ਜੀ ਹਮਾਰੇ ਚੀਫ ਆਰਗਨਾਈਜ਼ਰ ਸੈਦ ਜ਼ੀਸ਼ਾਨ ਸ਼ਾਹ ਸਾਹਿਬ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੀ ਹਾਲ ਜੀ ਜੀ ਅਲਹਮਦੁਲਿਲਾ ਭਾਈ ਆਲੀ ਮਰਤਜ਼ਾ ਸ਼ਾਹ ਇੰਗਲੈਂਡ ਤੋਂ ਚੀਫ ਮੁਨਸਫ ਨੂੰ ਸਲਾਮ ਕਰ ਰਹੇ ਆ ਜੀ ਬਿਲਕੁਲ ਜੀ ਤੇ ਉਹਨੂੰ ਜ਼ਰਾ ਇਹ ਚੀਫ ਮੁਨਸਫ ਜੀ ਹਮਾਰੇ ਫਰਾਜ਼ ਭਾਈ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਔਰ ਹਮਾਰੇ ਇਟਲੀ ਸੇ ਆਏ ਹੋਏ ਬੜੇ ਹੀ ਪਿਆਰੇ ਮਹਿਮਾਨ ਮਾਸ਼ਾਅੱਲਾ ਵਾਲੇਕੁਮ ਅਸਲਾਮ ਮੋਹਸਿਨ ਭਾਈ ਅਸਦੁੱਲਾ ਸ਼ਾਹ ਮਾਸਟਰ ਜੀ ਅਸਦੁੱਲਾ ਸ਼ਾਹ ਸਾਹਿਬ ਵੀ ਮੌਜੂਦ ਹੈ ਜੀ ਵਾਲੇਕੁਮ ਅਸਲਾਮ ਇਹਨਾਂ ਨੂੰ ਦਿਖਾ ਦਿਓ ਜੀ ਮਾਸਟਰ ਜੀ ਲੋਈ ਅੱਗੇ ਵਾਹ ਜੀ ਵਾਹ ਠੀਕ ਹੈ ਆਪਣੇ ਕਿੱਥੇ ਗਏ ਆਪਣੇ ਸਾਰੇ ਕਿੱਥੇ ਗਏ ਇੱਕ ਹੋਰ ਹੈ ਜੀ ਇੱਕ ਹੋਰ ਹੈ ਜੀ ਉਹ ਚਾਰ ਉੱਤੇ ਲੱਗੇ ਜੇ ਪੰਜ ਛੇ ਤੇ ਓਪਨ ਹੋ ਗਈ ਹੈ ਜੀ ਮਲਕ ਤਾਰਿਕ ਐਵਾਨ ਸਾਹਿਬ ਬਹੁਤ ਸ਼ੁਕਰੀਆ ਜੀ ਕਮੈਂਟ ਕਰਨੇ ਦਾ ਕਿਆ ਬਾਤ ਬਹੁਤ ਹੀ ਪਿਆਰਾ ਸ਼ੌਕ ਸ਼ਾਹ ਸਾਹਿਬ ਦਾ ਜੀ ਸ਼ੌਕ
ਕਾਮਲਾਨ ਬਾਈ ਦਾ ਸਲੇਟੀ ਬਰੀਡ ਬੜੀ ਮਸ਼ਹੂਰ ਬਰੀਡ ਹੈ ਜੀ। ਅੱਛਾ, ਇਹ ਸਲੇਟੀ ਬਰੀਡ ਮੇ ਸੇ ਹੈ ਜੀ। ਹਾਂਜੀ, ਬੜੇ ਰਿਕਾਰਡਡ ਯੇ ਕਬੂਤਰ ਹੈ ਜੀ। ਅੱਛਾ, ਹਾਂ, ਇਨਕਾ ਬੜਾ ਅੱਛਾ ਰਿਜ਼ਲਟ ਹੈ। ਇਹ ਇਸਕਾ ਕੁੰਦਾ ਚੈੱਕ ਕਰਵਾਈਏਗਾ ਜੀ। ਹਾਂ, ਹੋ ਗਈ ਜੀ, ਪਰ ਦਿਖਾ ਦੇ ਇਸਕੇ। ਕਿਆ ਬਾਤ ਹੈ, ਬਕੋਲ ਕਾਮਰਾਨ ਬਾਈ ਕੇ ਯੇ 100 ਨੰਬਰ ਕੁੰਦਾ ਜੀ ਇਨਕਾ, ਗੁੰਜਾਇਸ਼ ਨਹੀਂ ਹੈ ਇਨਮੇ ਕੋਈ ਔਰ। ਵੈਲ ਡਨ, ਬਹੁਤ ਮਜ਼ਾ ਸੀ। ਯੇ ਇਨਕੇ ਘਰ ਕੇ ਜੀ ਗੋਲਡਨ ਬਰੀਡ ਹੈ। ਜੀ ਗੋਲਡਨ ਕਬੂਤਰ ਕਾ ਸ਼ੌਕ ਕਰੇ ਜੀ। ਜੀ ਯੇ ਇਨਕੇ ਗੋਲਡਨ ਬੜਾ ਅੱਛਾ ਉੜਤੇ ਹੈ ਜੀ। ਯੇ ਜੋੜਾ ਲਗਾ ਹੋ। ਅੱਛਾ, ਇਹ ਬਰੀਡਰ ਜੋੜਾ ਹੈ ਜੀ। ਇਹ ਬਰੀਡਰ ਜੋੜਾ ਜੀ ਇਨਕਾ, ਇਨਕੇ ਬੱਚੇ ਬਾਜ਼ੀਆਂ ਮੇਂ ਡਲਤੇ ਹੈ ਜੀ। ਬਹੁਤ ਅੱਛਾ ਇਨਕਾ ਰਿਜ਼ਲਟ ਹੈ। ਗੁੱਡ, ਜੀ ਸ਼ੁਕਰੀਆ ਜੀ ਮੁਰਤਜ਼ਾ ਭਾਈ ਔਰ ਮੁਹੰਮਦ ਨੋਮਾਨ ਭਾਈ, ਬਹੁਤ ਸ਼ੁਕਰੀਆ ਜੀ ਕਮੈਂਟ ਕਰਨੇ ਕਾ ਆਪਕਾ। ਚੰਦ ਬਰੀਡਰਸ ਕਾ ਆਪਕੋ ਸ਼ੌਕ ਕਰਵਾਤੇ ਹੈ ਜੀ। ਯੇ ਲੱਖਾ ਬਰੀਡ ਹੈ ਜੀ ਇਨਕੀ, ਲੱਖੀ ਬਰੀਡ, ਬਹੁਤ ਅੱਛੇ ਕਬੂਤਰ ਯੇ ਔਰ ਨਾਯਾਬ ਕਬੂਤਰ। ਇਹ ਲੱਖੋਂ ਕਾ ਸ਼ੌਕ ਕਰੇ ਜੀ, ਮਾਸ਼ਾਅੱਲਾ, ਬੜੀ ਪਿਆਰੀ ਆਂਖ ਹੈ ਜੀ, ਬੜੀ ਠੰਡੀ। ਉਹ ਨਰ ਥਾ ਔਰ ਯੇ ਇਸਕੀ ਮਾਦਾ ਹੈ ਜੀ। ਯੇ ਵੀ ਇਨਕਾ ਰਿਜ਼ਲਟਡ ਪੇਅਰ ਹੈ। ਕੈਸਾ ਮਜ਼ਾ ਆਇਆ ਮਾਸ਼ਾਅੱਲਾ, ਬੜੀ ਆਈਡੀਅਲ ਛੱਤ ਆਪਨੇ ਬਣਾਈ ਹੈ ਜੀ। ਇਹ ਸਾਰੇ ਘਰ ਕੇ ਬੱਚੇ ਜੀ। ਇਸ ਦੌਰਾਨ ਕੀ ਗੇਮ ਥੋੜ੍ਹੀ ਜਿਹੀ ਡਿਸਟਰਬ ਹੋਈ, ਬਿਮਾਰੀ ਕੀ ਵਜ੍ਹਾ ਸੇ ਕਬੂਤਰ ਮਰੇ। ਹਾਂ ਹਾਂ, ਔਰ ਦੁਬਾਰਾ ਉਹਨਾਂ ਨੇ ਆਪਣੇ ਘਰ ਦੀ ਬਰੀਡ ਫੈਂਕੀ ਹੈ, ਬੜੇ ਰਿਜ਼ਲਟਡ ਸ਼ਾਮ ਸ਼ਾਮ ਤੱਕ ਹੋ ਰਹੇ ਹੈ। ਲਾਸਟ ਈਅਰ ਮਾਸ਼ਾਅੱਲਾ ਸੂਝ ਮੇਂ ਵੀ ਬੜੀ ਅੱਛੀ ਪਰਫਾਰਮੈਂਸ ਰਹੀ ਹੈ ਜੀ। ਛੱਤ ਕੀ ਇਸ ਤਰ੍ਹਾਂ ਬੜੇ ਅੱਛੇ ਉੜ ਰਹੇ ਸੀ, ਸ਼ਾਮ ਸ਼ਾਮ ਤੱਕ ਦੌੜ ਰਹੇ ਸੀ, ਲੇਕਿਨ ਬਿਮਾਰੀ ਕੀ ਵਜ੍ਹਾ ਸੇ ਡਿਸਟਰਬ ਹੋ ਗਏ। ਥੈਂਕ ਯੂ ਕਮਲ ਜੀ। ਜੀ ਹਸਨੀ ਸ਼ਾਹ ਸਾਹਿਬ ਜੀ ਬਹੁਤ ਸ਼ੁਕਰੀਆ, ਸ਼ਾਹ ਸਾਹਿਬ ਕਮੈਂਟ ਕਰਨੇ ਕਾ, ਆਪ ਹਮੇ ਦੇਖ ਰਹੇ, ਬਹੁਤ ਸ਼ੁਕਰੀਆ ਜੀ। ਸਈਦ ਹਸਨੀ ਸ਼ਾਹ ਸਾਹਿਬ ਜੀ ਸ਼ਾਗਿਰਦ ਹੈ। ਅੱਛਾ ਜੀ, ਮੈਂ ਇੱਕ ਸੈਕਿੰਡ, ਜਿਨਕਾ ਅੰਤਰਵਾਦੀ ਮੇਂ ਬੜਾ ਨਾਮ ਹੈ ਇਨਕੇ, ਜੋ ਉਸਤਾਦ ਹੈ, ਬੜੀ ਸੂਝ ਬੂਝ ਰੱਖਣ ਵਾਲੇ, ਕਬੂਤਰਾਂ ਕਾ ਇਲਮ ਰੱਖਣ ਵਾਲੇ, ਉਨਕੇ ਹੀ ਸ਼ਾਗਿਰਦ ਹੈ। ਆਪਣੇ ਉਸਤਾਦ ਕੇ ਬਾਰੇ ਮੇਂ ਚੰਦ ਅਲਫਾਜ਼ ਹੀ ਨਹੀਂ ਥੇ ਜੀ। ਜੀ ਬਿਲਕੁਲ, ਉਸਤਾਦ ਕਾ ਨਾਮ ਹੈ ਜੀ ਸੈਯਦ ਅਲੀ ਰਜ਼ਾ ਫਰੋਮ ਜਮਾਲਪੁਰ। ਗੁੱਡ ਹੋ ਗਿਆ। ਉਹ ਕਬੂਤਰ ਪਰਵਰੀ ਕੇ ਇਲਾਵਾ ਜੋ ਹੈ ਉਹ ਮੇਰੇ ਤੋਂ ਫੇਵਰੇਟ ਬੰਦੇ ਹੈ ਹਰ ਲਿਹਾਜ਼ ਤੋਂ, ਔਰ ਆਈਡੀਅਲ ਆਦਮੀ ਹੈ, ਹਰ ਜਗ੍ਹਾ ਪੇ ਪਹੁੰਚਣੇ ਵਾਲੇ ਬੰਦੇ ਹੈ ਉਹ, ਔਰ ਨਾਈਸ ਪਰਸਨ ਜੀ। ਮਾਸ਼ਾਅੱਲਾ, ਐਡਵੋਕੇਟ ਵੀ ਹੈ ਜੀ, ਐਡਵੋਕੇਟ ਲਾਸਟ ਬਾਤ ਹੈ, ਪੜ੍ਹਿਆ ਲਿਖਿਆ ਬੰਦਾ ਜੋ ਹੈ ਉਹ ਲਾਸਟ ਬਾਤ ਹੈ, ਕੁਛ ਗੁਫਤਾਰ ਹੋਗਾ ਔਰ ਵੈਸੇ ਪੜ੍ਹੇ ਲਿਖੇ ਹੋਤੇ ਹੈ, ਲੇਕਿਨ ਜੋ ਇਨਸਾਨ ਹੈ ਉਹ ਕੰਮ ਹੋਤੇ ਹੈ। ਜੀ ਬਿਲਕੁਲ, ਅੱਛੇ ਇਨਸਾਨ, ਬਹੁਤ ਅੱਛੇ।
तो कामरान शाह साहब, वैसे मेरे बिकॉज आप बहुत पुराने दोस्त भी हैं, बड़े प्यारे भाई भी हैं मेरे, तो मुझे तो पता है जब से आप शौक कर रहे हैं, मगर हमारे व्यूवर्स को थोड़ा सा बताते चलें कि कब से आप शौक कर रहे हैं। शौक तकरीबन ये 96-94 से। आदत का दोस्त थे यहाँ पे ना, एक दोस्त था तो उसकी छत पे हम अक्सर जाया करते थे, और वहाँ से ही कबूतरबाजी स्टार्ट हुई, तो आज तक बस वो चल रही है बस। और उस दोस्त का नाम बताना पसंद करेंगे? वो दोस्त हमारा अभी जर्मनी में है, सैयद सजाद हैदर, उसने ही तकरीबन जो है सारे हम वहाँ से कबूतरबाजी वाली साइड पर गए हैं। बहुत अच्छा, अभी तो बहुत जर्मनी है लेकिन उसके लिए भी कबूतर रखे हुए हैं। अच्छा, गुड हो गया। तो माशाल्लाह ये सेटअप बड़ा अच्छा आपने माशाल्लाह बनाया है, आइडियल सेटअप। जो ये एक मेरा दोस्त था चौधरी रेहान नाम है उसका, मेमदा, फ्रॉम मेमदा। मैं तो इटली में था तो मैंने उसको कॉल की, मैंने कहा छत बनानी है नहीं, तो चौधरी साहब आप जाएँ देखें और छत आपने बनवानी है। फिर ये चौधरी साहब आए और उन्होंने अपने अंदर ये सारा काम करवाया सारा। वाह जी वाह, बहुत अच्छे। और अपनी निगरानी में करवाता था। हाँ जी, काफ़ी एक्टिव माशाल्लाह। हाँ जी, मैं देखता रहता हूँ उनके ग्रुप्स वगैरह में, मैसेजेस वगैरह। बड़ा कामरान ने बताया अपने उस्ताद के बारे में, एक अच्छी शख्सियत, एक अच्छी आदतों का मालिक, उसी तरह कामरान भी शागिर्द उनकी ये भी बड़ी अच्छी शख्सियत है, हमारे बड़े सपोर्टिंग पर्सन है जी कबूतरबाजी में। और हर साल माशाल्लाह इटली से खसूसी आते हैं जी ये शौक करने के लिए, क्या बात है। टूर्नामेंट में टूर्नामेंट जी माशाल्लाह, और रौनक हमारे टूर्नामेंट की रौनक है, ये ना आए तो टूर्नामेंट उदास उदास। जी बिल्कुल, इसी तरह कोई शक नहीं जी। इनके छत मोहब्बत लुई आ यार, अभी आपको शौक करवाते हैं, कुंजियों का शौक करवाते हैं, मुर्गों का शौक करवाते हैं। ठीक है शाह साहब ने जी, कुछ और भी चीज़ें रखी हुई हैं, बड़े अच्छे जानवर रखे हुए, उनका भी आपको शौक करवाते हैं जी। लुई अदर चंद ब्रीडर कबूतर, ये इनकी छत मोहब्बत को शौक करवाते। ठीक हो गया, इनकी छत मोहब्बत, ये लुई हैं जी, इनकी छत मोहब्बत ये संभालते हैं जी। अली मुर्तजा और लुई, गुड अली मुर्तजा और लुई, मिस्टर लुई, इन्हीं के सर पे जनाब एक्टिव है। क्या बात है, क्योंकि कामरान तो बाहर होता है ना। जी बिल्कुल, उसके बाद ये निगरानी का। हाँ जी लुई भाई, सुनाएं कैसे हैं आप, ठीक हैं? अल्लाह का। तो क्या समझते हैं आपके माशाल्लाह, आपकी ये जो आपने माशाल्लाह बड़े परिंदों को संभाल के रखा हुआ है, तो क्या आप कहना चाहेंगे इनके बारे में इस टूर्नामेंट? हाँ, अगर आप पंजाबी में बोलना चाहते हैं तो सुकून से पंजाबी में बोलें, कोई टेंशन नहीं है। तो ये हमें बताते चलें कि इस दफ़ा परफॉर्मेंस कैसी रहेगी आपके परिंदों की, ये चौथी फड़क है, आखिरी फड़क अब रहेगी। उड़ देने पे सही, अच्छे उड़ रहे हैं। कबूतर मारेगा सारे, डैडी मादी मारेगी आज, इनकी विनर है जी आज की गेम की, इंशाल्लाह जी, इंशाल्लाह इंशाल्लाह। अच्छी दवाई शवाई लाई है नू, बढ़िया फिट है। अच्छा, गुड हो गया। आओ जी अली, तो की कहंदे हो किस टाइम आएगी? 12:00 बजे। अच्छा इंशाल्लाह, आज इस टाइम। हां जी, गर्मियां च वाकई 12:00 बजे बड़ा टाइम है जी। राम मनशा सानू दो दो बच्चे भी जांदे आंदे हुंदे काम बंद। आओ ना कटे गए जी। ये शाह साहब के घर का जनाब, ये हम दिखाते हैं सेटअप, इनका डेरा है जी माशाल्लाह, बहुत प्यारा। ये यहाँ से आपको लोग दिखाते हैं, डीपली आपको शौक करवाएं जी छत का। हमारे साथ मौजूद हैं जी जिशान शाह साहब, फराज भाई और शहजाद भाई। जी व्यूअर्स, हमारे साथ रहिएगा, देखते रहिएगा, बिकॉज अभी हम आपको थोड़ा सा और शौक करवाते हैं कामरान शाह साहब के इस सेटअप का। कुछ और भी जानवर उन्होंने रखे हुए हैं, ब्रीडर्स
کا جہاں تک تعلق ہے تو بریڈرز جو ہیں وہ یہاں پہ نہیں تھے, صرف دو تین جوڑے تھے, اس کا آپ کو شوق کروایا, باقی ان کے دوسرے سیٹ اپ پہ ہیں اور وہاں بھی اگر ٹائم ملا تو ہم جائیں گے, مگر آپ کو فی الحال ابھی ڈیرے پہ موجود جو جانور ہیں اور جو سیٹ اپ ہے ان کا وہ آپ کو دکھاتے ہیں. سو ہمارے ساتھ رہیے گا, دیکھتے رہیں جی. ہاں جی فراز بھائی آ جائیں, جی ٹھیک ہے. اس ٹورنامنٹ کے چیف آرگنائزر سید ذیشان شاہ صاحب, جہاں جہاں ہم جا رہے ہیں جی شوق کرنے, شاہ صاحب ہمیں کافی ٹائم دے رہے ہیں جی. یہ کیا ہے جی؟ جی یہ ڈیرے پہ انہوں نے جی کونجیں رکھی ہوئی ہیں. مرتضیٰ بھائی کہہ رہے ہیں جی, فراز بھائی نہیں منصف بھائی بولیں جی. ٹھیک ہو گیا. اچھا یہ جو وائٹ والے مرغے ہیں جی جی, یہ انڈے اٹلی سے آئے تھے. اچھا یہ دونوں, یہ جی مرغے بھی رکھے ہوئے ہیں جی انہوں نے ادھر جی. ویلکم کریں. واہ جی واہ. السلام علیکم جی میاں جی. السلام علیکم جی. کمیٹی ممبران جی, کمیٹی ممبران آ گئے ہیں جی. طارق بھائی آئے ہیں جی اور میاں جمشید صاحب آئے ہیں, ہمیں ویلکم کرتے ہیں جی. السلام علیکم. السلام علیکم جی. میں جی کی حال ٹھیک ہے میاں جی, آپ کو بڑا مس کر رہے تھے جی. اچھا جی. جی بالکل. اچھا شاہ صاحب آپ بتا رہے ہیں جی, یہ وائٹ جو ہیں مرغے یہ اٹلی سے انڈے آئے ہوئے ہیں جی جی. یہ دو ہیں اور ایک وہ سامنے جو مرغی ہے وہ بھی. اچھا انڈے تو کافی زیادہ لے کے آیا تھا لیکن یہ تین ہی جو ہے نا یہ بچے نکل سکے ہیں, دو وائٹ والے مرغے اور ایک وہ گڈ. اس کا مطلب یہ اٹلی کی بریڈ ہے جو ڈاگ ہے یہ بھی اٹلی سے جو ہے جی. ہاں جی بالکل, بہت اچھی گل کی جی. ہاں جی نہیں جی, شاہ صاحب کا سیٹ اپ دکھاتے ہیں جی. ان کے ڈیرے پہ ماشاء اللہ بڑا اچھا سیٹ اپ انہوں نے بنایا ہوا ہے آپ کو. یہ ڈاگی دکھاتے ہیں جی. اچھا جی یہ ڈاگی کتوں آیا جی؟ یہ ڈاگی کتوں آیا؟ اچھا اٹلی سے آیا جی. یہ جناب اٹلی سے آیا جی. اور ایک اور چیز نوید محمد صاحب جی, بھائی ہم اس وقت لائیو ہیں مدینہ سیدہ گجرات سے جی. بھیا محمد نوید صاحب جی, اس وقت ہم موجود ہیں جی مدینہ سیدہ گجرات میں, سید کامران شاہ صاحب فرام اٹلی ان کی چھت سے, اور کیونکہ یہاں پہ جو ٹورنامنٹ ہو رہا ہے جی 33واں سالانہ توصیف شاہ اینڈ سید کاظم شاہ میموریل پجن ٹورنامنٹ, اس میں آج ہم لائیو ہوئے ہیں جی سید کامران شاہ صاحب کی چھت سے. اور اب تھوڑا سا ان کا یہ ڈیرا جو ہے وہ دکھا رہے ہیں اور ساتھ ساتھ ان کا شوق دکھا رہے ہیں جو انہوں نے رکھا ہوا ہے. ایک اور بڑی نایاب سی آپ کو چیز دکھاتا ہوں جی, یہ ایک مرغی ہے, یہ بھی اٹلی سے انڈا آیا ہوا تھا. یہ رہی جی, اور یہ کونجیں
یہ کنجوں کے بارے میں وہ پنجابی ایک ہے نا جی کہ جویں بچھڑیاں کونج کتاراں، یہ وہ والی کنجیں جی. جی محمد نوید صاحب ٹیڈی کبوتروں کا جی شوق آپ کو کرواتے ہیں، میری صاحب کا ایک ویڈیو تھی جو میاں جمشید صاحب کے گھر سے میں لائیو ہوا تھا، اس میں ماشاءاللہ بڑا ڈیپلی شوق جو ہے وہ کرایا گیا ٹیڈی کبوتروں کا، جو کہ بہت ہی اچھا شوق تھا. آپ وہ ویڈیو دیکھیں گے. یہاں پہ ابھی تک مجھے نہیں پتا کہ ٹیڈیز جو ہیں وہ، کیونکہ یہاں پہ سارے اڑنے والے کبوتروں کا سیٹ اپ تھا، تو ابھی اگر ٹائم ملتا ہے تو پھر ہم دیکھتے ہیں جی ساتھ بریڈر کبوتروں کا. یہاں سے آپ کو دکھاتے چلیں، ویو ان کی چھت کا بہت ہی پیارا، اور اس ڈیرے پہ یہ مولا غازی شہنشاہ کا عالم بھی لگا ہوا ہے ماشاءاللہ جی. السلام علیکم یا باب الحوائج ادرکنی فی سبیل اللہ. جی میاں جی کی حال ہے تہاڈا؟ ٹھیک ٹھاک ہو؟ خیریت ہے میاں جی؟ بہت اچھا تہاڈا شوق رہا جی، بڑا مزہ آیا اس دن تہاڈے گھر شوق کر کے. آج ہم کیونکہ موجود ہیں سید کامران شاہ صاحب کے گھر، تو آئیں آ جائیں جی میاں جی. ہاں جی کامران بھائی، یہ کون سی نسل ہے جی؟ یہ کون سی نسل؟ پلل. اچھا مرغے جی. اچھا جی یہ جی اصیل مرغے بھی ہیں جی رکھے ہوئے. واہ جی واہ، ایک دو تین چار، کیا بات ہے. شاہ صاحب کو اصیلوں کا بھی شوق ہے جی. ان کے کچھ کبوتر پرور بھائی جو ہیں وہ مرغوں کا بھی تھوڑا سا شوق رکھتے ہیں، ان کے لیے یہ مرغوں کا بھی شوق کرواتا چلوں آپ. کبوتروں کی طرح مرغے بھی جو ہیں وہ کریچ لگے ہوئے جی. مجھے بڑا اولڈ قسم کا لگ رہا ہے جی. جی تھینک یو لالا مہران بھائی اور ملک طارق ایوان صاحب، تھینک یو فار کمنٹ، بہت شکریہ. آپ لوگ ہمیں ٹائم دے رہے ہیں جی، ہمارا شوق دیکھ رہے ہیں. ٹھیک ہے جی.
کرائیے جی. جی ویورس, آپ کے سامنے شوق کروایا سید کامران شاہ صاحب فرام اٹلی, ان کی چھت سے. ہاں جی نشان دکھایا جی, وہ ماشاء اللہ ہوتے لازمی, یہ مومنہ واسطے خصوصی شوق کروایا گیا ہے مورا غازی کے علم کا جی. جی ویورس, آج 33واں سالانہ سید توصیف شاہ اینڈ سید کاظم شاہ میموریل پجن ٹورنامنٹ مدینہ سیدہ گجرات میں ہم موجود تھے سید کامران شاہ صاحب کی چھت سے. ہم نے شوق کروایا جی آج چوتھی پھڑک کا. اب دیکھتے ہیں انشاءاللہ تعالی یہ چھت اور اس علاقے کی ماشاءاللہ 40 سے زائد چھتیں جو ہیں وہ اڑ رہی ہیں جی, وہ کیا کارکردگی پیش کرتی ہیں, شام تک کیا رزلٹ آتا ہے اس کے لیے, تب تک کے لیے آپ ہمیں اجازت دیجئے. اب ہم تھوڑا سا ذرا سٹنگ کرتے ہیں اور تھوڑا سا کوئی ناشتہ وغیرہ کا پروگرام کرتے ہیں, پھر انشاءاللہ تعالی شام کو آپ کے ساتھ ملاقات ہوگی رزلٹ کے وقت. ٹھیک ہو گیا جی, اوکے, اللہ حافظ.